ਸਭ ਸੰਗਤ ਜਗ ਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜੀ ਉਹਨਾਂ ਦੀ ਅਵਸਥਾ ਬਾਰੇ ਤੁਹਾਨੂੰ ਮੈਂ ਬੇਨਤੀ ਕਰਦਿਆਂ, 1975 'ਚ ਦਾ ਦਰਸ਼ਨ ਹੋਏ ਨੇ ਮਹਾਂਪੁਰਸ਼ਾਂ ਨੂੰ ਦਸਵੇਂ ਪਾਤਸ਼ਾਹ ਦੇ ਮਾਤਾ ਸਾਹਿਬ ਕੌਰ ਜੀ ਦੇ ਹਜ਼ੂਰ ਸਾਹਿਬ। ਉਦੋਂ ਅਸੀਂ 8 ਸਿੰਘ ਨਾਲ ਸੀਗੇ, 9ਵੇਂ ਮਹਾਂਪੁਰਸ਼। ਉਹਨਾਂ ਵਿੱਚ ਦਾਸ ਸੀ, ਭਾਈ ਦਲਬੀਰ ਸਿੰਘ ਅਭਿਆਸੀ ਸੀ, ਭਾਈ ਸਵਰਨ ਸਿੰਘ ਰੋਡੇ, ਭਾਈ ਜਸਵੀਰ ਸਿੰਘ ਰੋਡੇ, ਭਾਈ ਗੁਰਦੇਵ ਸਿੰਘ ਅਸਮਾਨ ਵਾਲਾ, ਭਾਈ ਮਹਿੰਦਰ ਸਿੰਘ ਠੱਕਰ ਸੰਧੂ, ਗੁਰਦਾਸਪੁਰ ਜ਼ਿਲ੍ਹੇ 'ਚ ਪਿੰਡ ਪੈਂਦਾ, ਭਾਈ ਤਰਸੇਮ ਸਿੰਘ ਵੀ ਠੱਕਰ ਸੰਧੂ ਦਾ ਸੀ, ਇੱਕ ਭਾਈ ਹੀਰਾ ਸਿੰਘ ਸਾਡੀ ਬੱਸ ਦਾ ਡਰਾਈਵਰ ਹੋਇਆ ਪਹਿਲਾਂ, ਹੁਣ ਉਹ ਕਥਾਵਾਚਕ ਵੀ ਆ। 40 ਦਿਨ ਅਸੀਂ ਮਹਾਂਪੁਰਖਾਂ ਦਾ ਬਚਨ ਮੰਨ ਕੇ ਸੰਤ ਕਰਤਾਰ ਸਿੰਘ ਜੀ ਖਾਲਸਾ ਦਾ 101 ਜਪਜੀ ਸਾਹਿਬ ਸ੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ 'ਤੇ ਕੀਤਾ ਪਾਠ। ਮਹਾਂਪੁਰਸ਼ ਕਹਿੰਦੇ ਮੈਂ 151 ਕਰੂੰ, ਤੁਸੀਂ 101 ਕਰ ਲਿਓ। ਔਰ ਉੱਥੇ ਇੰਨੇ ਕੌਤਕ ਵਰਤੇ, ਰੋਜ਼ ਕੋਈ ਨਾ ਕੋਈ ਨਵਾਂ ਹੀ ਕੌਤਕ ਹੁੰਦਾ ਸੀ ਅਤੇ ਮੈਨੂੰ ਆ ਕੇ ਦੱਸ ਦੇਣਾ। ਬਾਲਿਆਂ ਨੂੰ ਨਹੀਂ ਸੀ ਦੱਸਦੇ ਹੁੰਦੇ, ਕਹਿੰਦੇ ਅੱਜ ਤਾਂ ਆਹ ਹੋ ਗਿਆ, ਅੱਜ ਐਂ ਹੋ ਗਿਆ। ਮੈਂ ਚਲੋ ਜੀ ਤੁਹਾਡੀ ਚੜ੍ਹਦੀ ਕਲਾ ਮਹਾਂਪੁਰਸ਼ੋ। ਉਦੋਂ ਤਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਨੇ ਅੱਗੇ ਜਥੇਦਾਰ ਬਣਨਾ, ਉਹ ਤਾਂ ਮਿੱਤਰ ਦੋਸਤ ਹੁੰਦੇ ਸੀ। ਫਿਰ ਜਦੋਂ ਮਾਤਾ ਸਾਹਿਬ ਕੌਰ ਦੇ ਅਸਥਾਨ 'ਤੇ ਰਾਤ ਨੂੰ ਗਏ, ਕਹਿੰਦੇ ਅੱਜ ਸਾਰੀ ਰਾਤ ਜਾਗਣਾ, ਰਸਤੇ 'ਚ ਦੱਸੀ ਗਏ, ਸ਼ਿਕਾਰ ਘਾਟ ਬੱਸ ਉਤਰੇ, ਅਸੀਂ ਤੁਰ ਕੇ ਪੈਦਲ ਗਏ। ਉਸ ਵਕਤ ਕਹਿਣ ਲੱਗੇ ਮਾਤਾ ਸਾਹਿਬ ਕੌਰ ਨਾ ਪ੍ਰਸ਼ਾਦੇ ਛਕਣ 'ਤੇ ਬਹੁਤ ਖੁਸ਼ ਹੁੰਦੇ ਆ। ਮੈਂ ਕਿਹਾ ਅੱਛਾ ਜੀ, ਜਵਾਰ ਬਾਜਰੇ ਦੀਆਂ ਰੋਟੀਆਂ ਸਾਡੇ ਮੂਹਰੇ ਮੇਰੇ ਮੂਹਰੇ ਰੱਖੀ ਜਾਣ, ਆਪ ਅੱਧੀ ਛਕੀ, ਸਾਨੂੰ ਦੋ ਦੋ ਤਿੰਨ ਤਿੰਨ ਛਕਾ ਤੇ ਮੋਟੇ ਮੋਟੇ। ਰਾਤ ਨੂੰ ਸਾਨੂੰ ਕਹਿੰਦੇ ਹੁਣ ਸਮਾਧੀ ਲਾ ਕੇ ਇੱਥੇ ਬਹਿ ਜਾਓ, ਸਾਰੀ ਰਾਤ ਜਾਗਣਾ। ਮੈਂ ਜੀ ਪ੍ਰਸ਼ਾਦੇ ਤਾਂ ਤੁਸੀਂ ਇੰਨੇ ਛਕਾ ਤੇ, ਹੁਣ ਜਾਗਾਂਗੇ ਕਿਵੇਂ ਅਸੀਂ? ਕਹਿੰਦੇ ਕੋਈ ਨਹੀਂ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਮੂਲ ਮੰਤਰ ਪੜ੍ਹੋ। ਰਾਤ ਨੂੰ ਸਾਡੀ ਸੱਤ ਕੁ ਸਿੰਘਾਂ ਦੀ ਮਾਲਾ ਮੂਲਾ ਤਾਂ ਕਿੱਧਰੇ ਡਿੱਗ ਪਈ, ਤਾਂ ਅਸੀਂ ਤਾਂ ਸੌਂ ਗਏ ਕੰਧ ਦੇ ਨਾਲ ਲੱਗ ਕੇ, ਨੀਂਦ ਬਹੁਤ ਆ ਗਈ। ਐਸੀ ਸਾਡੇ 'ਤੇ ਮਾਇਆ ਪਾਈ, ਸਿਰਫ ਗੁਰਦੇਵ ਸਿੰਘ ਅਸਮਾਨ ਵਾਲਾ ਜਾਗਦਾ ਸੀ। ਫਿਰ ਉਸ ਵਕਤ ਰਾਤ ਨੂੰ 12 ਵਜੇ ਅੱਖਾਂ 'ਚੋਂ ਅੱਥਰੂ ਅਤੇ ਵਾਹਿਗੁਰੂ ਮੰਤਰ ਦਾ ਜਾਪ ਸੰਤ ਕਹਿੰਦੇ ਮੈਂ ਕਰਦਾ ਰਿਹਾ, ਅੱਖਾਂ 'ਚੋਂ ਪਾਣੀ ਜਾਵੇ ਜਾਰ ਜਾਰ, ਇੰਨਾ ਵਿਰਾਗ ਹੋ ਗਿਆ। ਕਹਿੰਦੇ ਫਿਰ ਇੱਕਦਮ ਪ੍ਰਕਾਸ਼ ਹੋਇਆ ਅਤੇ ਸਾਰਾ ਕੁਛ ਅਲੋਪ ਹੋ ਗਿਆ ਉੱਥੋਂ। ਕਹਿੰਦੇ ਵੱਡਾ ਸਾਰਾ ਜਿਵੇਂ ਸੱਚਖੰਡ ਮਹਿਲ ਬਣ ਜਾਂਦਾ, ਉਹ ਬਣ ਗਿਆ। ਕਹਿੰਦੇ ਮਹਿਲ ਦੇ ਵਿੱਚੋਂ ਦਰਵਾਜ਼ੇ 'ਚੋਂ ਮਾਤਾ ਸਾਹਿਬ ਕੌਰ ਜੀ ਆਏ, ਕਹਿੰਦੇ ਆ ਕੇ ਮੈਨੂੰ ਗਲਵੱਕੜੀ 'ਚ ਲਿਆ। ਕਹਿੰਦੇ ਪੁੱਤਰ ਰੋਂਦਾ ਕਿਉਂ ਹੈ? ਕਹਿੰਦੇ ਜਲ ਗਲਵੱਕੜੀ 'ਚ ਲਿਆ ਨਾ ਮੈਨੂੰ, ਕਹਿੰਦੇ ਮੇਰਾ ਤਾਂ ਸਰੀਰ ਪੱਟਣ ਵਾਲਾ ਹੋ ਗਿਆ ਖੁਸ਼ੀ 'ਚ, ਇੰਨੀ ਬਖਸ਼ਿਸ਼ ਹੋਈ। ਕਹਿੰਦੇ ਮਾਤਾ ਜੀ ਦਾ ਚਿਹਰਾ ਵੱਡਾ ਸਾਰਾ, 6 ਫੁੱਟ ਕੱਦ ਹੈ ਮਾਤਾ ਜੀ ਦਾ, 6 ਫੁੱਟ ਦੇ 2 ਇੰਚ ਕੱਦ ਦਸਵੇਂ ਪਾਤਸ਼ਾਹ ਦਾ। ਉਸ ਵਕਤ ਕਹਿੰਦੇ ਮਾਤਾ ਜੀ ਕਹਿੰਦੇ ਪੁੱਤਰ ਰੋਂਦਾ ਕਿਉਂ ਆ? ਕਹਿੰਦੇ ਬਾਪੂ ਜੀ ਦਰਸ਼ਨ ਨਹੀਂ ਦਿੰਦੇ। ਮਾਤਾ ਜੀ ਕਹਿੰਦੇ ਮੈਂ ਹੁਣੇ ਬੇਨਤੀ ਕਰਦੀ ਹਾਂ। ਜਦੋਂ ਅੰਦਰ ਕਹਿੰਦੇ ਮੁੜ ਕੇ ਸੱਜੇ ਨੂੰ ਮੁੜੇ, ਵੱਡਾ ਸਾਰਾ ਪਲੰਘ ਸੀ ਸੋਨੇ ਦੇ ਪਾਵਿਆਂ ਵਾਲਾ। ਉਸ ਵਕਤ ਜਾ ਕਰਕੇ ਮਹਾਂਪੁਰਸ਼ ਕਹਿੰਦੇ ਮਾਤਾ ਜੀ ਹੱਥ ਜੋੜ ਕੇ ਖੜ੍ਹੇ, ਦਸਵੇਂ ਪਾਏ ਚਰਨ ਪਰੇ ਨੂੰ, ਸੀਸ ਇੱਧਰ ਨੂੰ, ਸੋ ਸੀਸ ਦੇ ਉੱਤੇ ਬਲਿਊ ਗ੍ਰੇ ਰੰਗ ਦੀ ਕਹਿੰਦੇ ਦਸਤਾਰ ਜਿਹੜੀ ਸਜਾਈ ਸੀ ਛੋਟੀ, ਨਾਲ ਇੱਧਰਲੇ ਪਾਸੇ ਧਨਖ, ਕਮਾਨ, ਤੀਰ ਸਾਰਾ ਕੁਛ ਪਿਆ ਸੀ। ਉਸ ਵਕਤ ਕਹਿੰਦੇ ਜੀ ਭਾਈ ਜਰਨੈਲ ਸਿੰਘ ਬੇਨਤੀ ਕਰਦੇ ਨੇ, ਦਸਵੇਂ ਪਾਤਸ਼ਾਹ ਦੀ ਆਵਾਜ਼ ਸੁਣੀ, ਕਹਿੰਦੇ ਮੈਨੂੰ ਕਹਿੰਦੇ ਕੀ ਕਹਿੰਦੇ ਨੇ। ਉਸ ਵਕਤ ਵਾਪਸ ਆਏ ਜਦੋਂ ਮਾਤਾ ਜੀ ਕਹਿਣ ਲੱਗੇ ਭਾਈ ਜਰਨੈਲ ਸਿੰਘ ਕੀ ਮੰਗਦਾ? ਕਹਿੰਦੇ ਜੀ ਅਵਿਨਾਸ਼ੀ ਦਰਸ਼ਨਾਂ ਦੀ ਦਾਤ ਬਖਸ਼ੋ। ਮੈਂ ਉਹ ਪਹਿਲੀ ਵਾਰ ਸੁਣੇ ਸੀ, ਸੂਰੋ ਪੱਡੇ ਪਿੰਡ ਪੈਂਦਾ ਮਹਿਤੇ ਕੋਲ, ਉੱਥੇ ਕੋਤਰੀ ਹੁੰਦੀ ਸੀ, ਉਦੋਂ ਮੈਨੂੰ ਸੁਣਾਏ ਬਚਨ, ਸੰਤ ਕਰਤਾਰ ਸਿੰਘ ਜੀ ਖਾਲਸਾ ਵੇਲੇ ਦੀ ਗੱਲ ਹੈ। ਕਹਿੰਦੇ ਅਵਿਨਾਸ਼ੀ ਦਰਸ਼ਨਾਂ ਦਾ ਮਤਲਬ ਹੁੰਦਾ ਜਰਰੇ ਜਰਰੇ 'ਚ ਪ੍ਰਕਾਸ਼ ਦਿਖਣਾ। ਕਹਿੰਦੇ ਜਿਹੜੀ ਅਵਸਥਾ ਭਾਈ ਨੰਦ ਲਾਲ ਦੀ ਸੀ, ਜਿਹੜੀ ਅਵਸਥਾ ਭਾਈ ਘਨੱਈਆ ਦੀ ਸੀ, ਉਹ ਅਵਸਥਾ ਮੰਗੀ ਮੈਂ। ਉਹ ਗੱਲ ਮੁੱਕੀ ਜਦੋਂ ਆਪ ਜੀ ਨੂੰ ਦਸਤਾਰ ਮਿਲੀ, ਸਭ ਕੁਛ ਹੋ ਹਵਾ ਗਿਆ। 1980 'ਚ ਅਸੀਂ ਕਲੇਰਾਂ ਨੂੰ ਗਏ, ਕਲੇਰਾਂ ਵਾਲੇ ਮਹਾਂਪੁਰਸ਼ਾਂ ਕੋਲ ਭੋਰੇ ਦੇ ਦਰਸ਼ਨ ਕਰਾਏ ਉਹਨਾਂ ਨੇ, ਬਾਬਾ ਹਰਭਜਨ ਸਿੰਘ ਜੀ ਹੁੰਦੇ ਸੀ ਉਦੋਂ। ਅਤੇ ਉਦੋਂ ਬਾਅਦ ਜਦੋਂ ਉੱਥੋਂ ਬੱਸ 'ਚ ਬੈਠ ਕੇ ਅਸੀਂ ਤੁਰ ਪਏ ਵਾਪਸ, ਕੋਟੀ ਸਿੱਖਾਂ ਵੱਲ ਨੂੰ ਵਿੱਚੋਂ ਇੱਕ ਸੜਕ ਜਾਂਦੀ ਸੀ, ਮੂਹਰਲੇ ਪਾਸੇ ਕੈਬਨ ਦੇ ਵਿੱਚ ਅਸੀਂ ਬੈਠੇ ਹਾਂ, ਮੈਂ, ਭਾਈ ਰਿਸ਼ਪਾਲ ਸਿੰਘ ਪੀਏ ਅਤੇ ਇੱਕ ਭਾਈ ਹੋਰ ਸਿੰਘ ਸੀ, ਭਾਈ ਦਾਰਾ ਸਿੰਘ ਡਰਾਈਵਰ ਗੱਡੀ ਚਲਾਉਂਦੇ ਸੀ। ਕਹਿੰਦੇ ਸਾਰੇ ਸਿੰਘ ਪਿੱਛੇ ਚਲੇ ਜਾਓ, ਅਸੀਂ ਕੋਈ ਬਚਨ ਕਰਨਾ। ਮੈਂ ਕਿਹਾ ਸ਼ਾਇਦ ਦਾਰਾ ਸਿੰਘ ਡਰਾਈਵਰ ਨਾਲ ਕਰਨਾ, ਮੈਂ ਵੀ ਉੱਠ ਖੜਿਆ ਹੋਇਆ। ਮੈਨੂੰ ਕਹਿੰਦੇ ਤੂੰ ਕਿੱਧਰ ਚੱਲਿਆ, ਤੇਰੇ ਨਾਲ ਤਾਂ ਬਚਨ ਕਰਨਾ। ਮੈਂ ਜੀ ਮੇਰੇ ਨਾਲ ਕੀ ਬਚਨ ਕਰਨਾ? ਕਹਿੰਦੇ ਕੋਈ ਬਹਿ ਜਾ ਮੇਰੇ ਕੋਲ। ਗਲਵੱਕੜੀ ਪਾ ਕੇ ਮੈਨੂੰ ਕੰਨ 'ਚ ਕਹਿੰਦੇ ਉਹ ਅਵਸਥਾ ਮਿਲ ਗਈ ਜਿਹੜੀ ਦਸਵੇਂ ਪਾਤਸ਼ਾਹ ਨੇ ਕਹੀ ਸੀ। ਮੈਂ ਕਿਹਾ ਜੀ ਬਹੁਤ ਖੁਸ਼ੀ ਦੀ ਗੱਲ ਹੈ, ਵਧਾਈਆਂ ਹੋਣ ਤੁਹਾਨੂੰ। ਕਹਿੰਦੇ ਹੁਣ ਰਾਤ ਨੂੰ ਜਦ ਮੈਂ ਸੌਂਦਾ ਨਾ, ਮੈਂ ਸਰੀਰ ਛੱਡ ਕੇ ਸੱਚਖੰਡ ਚਲਾ ਜਾਂਦਾ ਰਾਤ ਨੂੰ,
ਅਤੇ ਤੁਸੀਂ ਮੈਨੂੰ ਜਗਾਉਂਦੇ ਨਹੀਂ, ਹਿਲਾਉਂਦੇ ਨਹੀਂ। ਕਈ ਵਾਰ ਮੈਨੂੰ ਪਏ ਪਏ 10 ਵੱਜ ਜਾਂਦੇ ਆ, 12 ਵੱਜ ਜਾਂਦੇ ਆ, ਮੈਨੂੰ ਮਾੜਾ ਜਿਹਾ ਹਿਲਾ ਦਿਆ ਕਰੋ। ਮੈਂ ਆਖਿਆ ਜੀ ਸਾਨੂੰ ਹੁਣ ਕੀ ਪਤਾ ਏਡੀ ਵੱਡੀ ਅਵਸਥਾ, ਮੈਂ ਤਾਂ ਸੋਚਿਆ ਸ਼ਾਇਦ ਵੀ ਸੰਤ ਰਾਤ 2 ਵਜੇ ਬਰਾਜੇ ਆ, ਵੀ ਥੱਕੇ ਹੋਏ ਆ, ਹੋਰ ਆ। ਕਹਿੰਦੇ ਨਹੀਂ, ਅਵਸਥਾ ਹੀ ਇੰਨੀ ਉੱਚੀ ਚਲੀ ਗਈ ਆ। ਕਹਿੰਦੇ ਮੈਨੂੰ ਹਰ ਥਾਂ ਦੇ ਉੱਤੇ ਪ੍ਰਕਾਸ਼ ਹੀ ਦਿਖਦਾ ਬਸ, ਵਾਹਿਗੁਰੂ ਦਾ। ਮੈਂ ਕਿਹਾ ਜਿਹੜਾ ਆਹ ਹੋ ਰਿਹਾ ਸਾਰਾ ਕੁਛ, ਕਹਿੰਦੇ ਇਹ ਡੰਡੇ ਵਾਲੇ ਦਾ ਹੁਕਮ ਹੈ ਬਾਪੂ ਦਾ, ਮੈਂ ਆਪਣੀ ਮਰਜ਼ੀ ਨਹੀਂ ਕਰ ਰਿਹਾ ਕੁਛ, ਮੈਨੂੰ ਜਿਹੜੀ ਉਹਨਾਂ ਨੇ ਬਚਨ ਕਹੇ। ਸੋ ਇਸ ਕਰਕੇ ਸਾਨੂੰ ਹੁਕਮ ਸੀ ਕੀਰਤਨ ਕਰਨ ਦਾ। ਸੋ ਅਖੀਰਲੇ ਸਮੇਂ 'ਤੇ ਮਹਾਂਪੁਰਸ਼ਾਂ ਨੇ ਸਾਨੂੰ ਇੱਕ ਬਚਨ ਕੀਤਾ, ਤੁਸੀਂ ਸੰਕਲਪ ਨਾ ਕਰਿਓ ਮੇਰੇ ਨਾਲ ਜਾਣ ਦਾ। ਉਸ ਵਕਤ ਸਾਨੂੰ ਥੱਲੇ ਹੀ ਛੱਡ ਦਿੱਤਾ, ਤਾਂ 35-40 ਸਿੰਘ ਨਾਲ, ਬਸ ਆਵਾਜ਼ ਸੁਣਦੀ ਸੀ ਰਾਜ ਕਰੇਗਾ ਖਾਲਸਾ ਪੰਥ ਕੀ ਜੀਤ ਕਰਦੇ ਹੋਏ ਸਾਰੇ ਬਾਹਰ ਨਿਕਲ ਗਏ। ਔਰ ਉਸ ਤੋਂ ਬਾਅਦ ਅਸੀਂ ਆਪਣੇ ਪਿਛਲੇ ਪਾਸੇ ਸਾਡੇ ਕੁਆਟਰ ਸੀ, ਸੋ ਜਿਵੇਂ ਮੁਲਾਜ਼ਮ ਰਹਿੰਦੇ ਹੁੰਦੇ ਨੇ ਉੱਥੇ ਆਏ। ਉਸ ਤੋਂ ਬਾਅਦ ਅਸੀਂ ਆਪਣੇ ਜੁੱਤੀ ਪਾਈ, ਜੋੜਾ ਪਾਇਆ, ਜਦੋਂ ਬਿਲਕੁਲ ਸਾਰਾ ਸਮਾਪਤ ਹੋ ਗਿਆ, ਸਾਨੂੰ ਇੱਕ ਹੁਕਮ ਸੀ ਵੀ ਤੁਸੀਂ ਬਾਹਰ ਚਲੇ ਜਾਣਾ। ਬਸ ਅਸੀਂ ਬਾਹਰ ਚਲੇ ਗਏ ਪਿਛਲੇ ਰਸਤੇ, ਔਰ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਅਸੀਂ ਬਿਲਕੁਲ, ਅਸੀਂ ਦੱਸਤਾ ਉਹਨਾਂ ਨੂੰ ਸਹੀ ਸਹੀ, ਇਸ ਤਾਂ ਭਾਈ ਇੱਥੇ ਕੀਰਤਨ ਕਰਨ ਵਾਲੇ ਰਾਗੀ ਹਾਂ। ਤਾਂ ਉਦੋਂ ਸ਼੍ਰੋਮਣੀ ਕਮੇਟੀ 'ਚ ਮਹਾਂਪੁਰਸ਼ਾਂ ਨੇ ਆਪ ਹੀ ਮੇਰਾ ਵਿਆਹ ਕੀਤਾ, ਆਪ ਹੀ ਮਹਾਂਪੁਰਸ਼ਾਂ ਨੇ ਸਾਨੂੰ ਨੌਕਰੀ 'ਤੇ ਲਵਾਇਆ। ਅਤੇ ਕਹਿੰਦੇ ਤੁਸੀਂ ਤਾਂ ਭਾਈ ਕੀਰਤਨ ਵਾਲੇ ਹੀ ਹੋ, ਤੁਸੀਂ ਤਾਂ ਕਥਾ ਹੀ ਕਰਨੀਆਂ, ਹੋਰ ਨਹੀਂ ਕੁਝ। ਅਤੇ ਇਸ ਤਰ੍ਹਾਂ ਸਾਨੂੰ ਹੁਕਮ ਹੈ ਸਾਧ ਸੰਗਤ ਜੀ ਮਹਾਂਪੁਰਸ਼ਾਂ ਵੱਲੋਂ ਪ੍ਰਚਾਰ ਕਰਨ ਦਾ। ਸੋ ਦਾਸ ਪ੍ਰਚਾਰ ਹੀ ਕਰਦਾ। ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਜਿਹੜੇ ਬਚਨ ਹੋਏ, ਉਸ ਤੋਂ ਬਾਅਦ ਮਹਾਂਪੁਰਸ਼ਾਂ ਦੇ ਨਾਲ ਨਾਲ ਕਿਤਨੇ ਹੀ ਹੋਰ ਜਿਹੜੇ ਕੌਤਕ ਵਰਤੇ ਉਹਦੇ ਬਾਰੇ, ਕਿਉਂਕਿ ਇੱਕ ਹੁੰਦਾ ਅੱਖੀਂ ਦੇਖੀ ਕੋਈ ਚੀਜ਼, ਅੱਖਾਂ ਨਾਲ ਕੁਛ ਵੀ ਨਹੀਂ ਦੇਖਿਆ। ਅਸੀਂ ਤਾਂ ਸਿਰਫ ਵਿਰਾਗ ਹੀ ਇੰਨਾ ਸੀ ਸਾਡੇ ਮਨ 'ਚ ਕਿ ਪਤਾ ਨਹੀਂ ਕੀ ਬਣਿਆ ਕੀ ਬਣਿਆ। ਉਸ ਵਕਤ ਮਹਾਂਪੁਰਸ਼ਾਂ ਨੇ ਬਾਬਾ ਠਾਕੁਰ ਸੋਹਣਾ ਕੋਲ, ਜਦ ਮੈਂ 1985 'ਚ ਆ ਕੇ ਮਿਲਿਆ, ਮਹਾਂਪੁਰਸ਼ਾਂ ਨੇ ਮੇਰਾ ਹੌਂਸਲਾ ਵਧਾਇਆ। ਕਹਿੰਦੇ ਠਾਕੁਰ ਸਿਆਂ, ਸੋ ਮਨ ਦੇ ਅੰਦਰ ਵਿਰਾਗ ਨਹੀਂ ਕਰਨਾ ਭਾਈ। ਅਤੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦਾ ਬਚਨ ਸੀ, ਕਹਿੰਦੇ ਮਹਾਂਪੁਰਖ ਜ਼ਰੂਰ ਕਿਰਪਾ ਕਰਨਗੇ, ਆਉਣਗੇ, ਤੂੰ ਮਨ ਦੇ ਅੰਦਰ ਵਿਰਾਗ ਨਾ ਕਰੀਂ। ਤੋ ਸਹੀ ਗੱਲ ਤਾਂ ਇਹ ਆ ਵੀ ਜਿਹੜਾ ਇਹ ਸਰੀਰ ਦੇ ਉੱਤੇ ਹੰਢੀਆਂ ਚੀਜ਼ਾਂ ਹੁੰਦੀਆਂ ਨਾ, ਜਿਹਦੇ ਅਸੀਂ ਤਾਂ ਵੈਸੇ ਹੀ ਚੁੱਪ ਰਹਿੰਦੇ ਹਾਂ ਵੀ ਉਹਨਾਂ ਨੂੰ ਯਾਦ ਕਰਕੇ ਹੀ ਸਾਡਾ ਇੰਨਾ ਮਨ ਭਰ ਜਾਂਦਾ ਵੀ ਤੁਹਾਡਾ ਆਪਣਾ ਹੀ ਭਰ ਜਾਂਦਾ ਵਿਰਾਗ ਕਰਕੇ। ਮੈਂ ਬਹੁਤਾ ਪੰਜਵੇਂ ਪਾਤਸ਼ਾਹ ਦਾ ਪ੍ਰਸੰਗ ਵੀ ਨਹੀਂ ਸੁਣਾ ਸਕਦਾ, ਸਾਹਿਬਜ਼ਾਦਿਆਂ ਦਾ ਜਾਂ ਸਿੰਘਾਂ ਦਾ, ਉਹੀ ਮਨ ਦੇ ਅੰਦਰ ਵਿਰਾਗ ਜਿਹਾ ਆ ਜਾਂਦਾ ਵੀ ਕਿੰਨਾ ਚੰਗਾ ਸੀ, ਕਿੰਨੇ ਅਭਿਆਸ ਕਰਦੇ ਸੀ, ਕਿੰਨੇ ਸਿੰਘ ਸੀ ਬਾਣੀ ਪੜ੍ਹਨ ਵਾਲੇ, ਵੀ ਇਹ ਵਾਹਿਗੁਰੂ ਨੂੰ ਜੋ ਮਨਜ਼ੂਰ ਸੀ, ਸੱਚੇ ਪਾਤਸ਼ਾਹ ਦਾ ਹੁਕਮ ਹੀ ਸੀ। ਮੈਂ ਮਹਾਂਪੁਰਸ਼ਾਂ ਦੀ ਸ਼ਕਤੀ ਬਾਰੇ ਮੈਂ ਵਰਣਨ ਕਰਦਿਆਂ, ਜੇ ਉਹ ਚਾਹੁੰਦੇ ਤਾਂ ਸਾਰਾ ਕੁਛ ਹੀ ਕਰ ਸਕਦੇ ਸੀ। ਮੈਂ ਬੇਨਤੀ ਕੀਤੀ, ਮੈਂ ਜੀ ਹੁਣ ਤੁਹਾਡੇ 'ਚ ਇੰਨਾ ਕੁਛ ਹੈ, ਕੁਛ ਕਰ ਦਿਓ। ਕਹਿੰਦੇ ਹੁਕਮ ਹੀ ਨਹੀਂ। ਫਿਰ ਦੁਬਾਰਾ ਬੇਨਤੀ ਕੀਤੀ, ਮੈਂ ਜੀ ਕੁਛ ਕਰ ਦਿਓ। ਕਹਿੰਦੇ ਹੁਕਮ ਹੀ ਨਹੀਂ। ਤੀਜੀ ਵਾਰ ਮੈਂ ਬੇਨਤੀ ਕੀਤੀ, ਮਹਾਰਾਜ ਤੁਸੀਂ ਕੁਛ ਕਰਦੇ ਨਹੀਂ ਗੇ, ਤੁਸੀਂ ਕਰ ਸਕਦੇ ਹੋ ਸਾਰਾ ਕੁਛ। ਕਹਿੰਦੇ ਭਾਈ ਠਾਕੁਰ ਸਿਆਂ, ਜੇ ਹੁਕਮ ਹੋਵੇ ਨਾ ਧਰਤੀ ਗਰਕ ਕਰਦਿਆਂ। ਕਹਿੰਦੇ ਹੁਕਮ ਨਹੀਂ ਦਸਵੇਂ ਪਾਤਸ਼ਾਹ ਦਾ, ਇਸ ਕਰਕੇ ਆਰਾਮ ਨਾਲ ਬੈਠੇ ਰਹੋ, ਤੁਸੀਂ ਆਪਣੀ ਸੇਵਾ ਨਿਭਾਉਣੀ ਹੈ ਜ਼ਿੰਦਗੀ 'ਚ। ਮੈਂ ਜੀ ਆਪਣਾ, ਉਹ ਤਾਂ ਫਿਰ ਵਿੱਚ ਹੀ ਰਹਿ ਗਿਆ ਖਿਆਲ ਦੋਨਾਂ ਦਾ, ਵੀ ਜਦ ਤੁਹਾਨੂੰ ਦਸਤਾਰ ਨਹੀਂ ਸੀ ਮਿਲੀ, ਤੁਸੀਂ ਮੈਨੂੰ ਕਿਹਾ ਸੀ ਵੀ ਆਪਾਂ ਪਹਾੜਾਂ 'ਚ ਚੱਲਾਂਗੇ, ਗੁਫਾ 'ਚ ਰਹਾਂਗੇ, 151 ਜਪਜੀ ਸਾਹਿਬ ਮੈਂ ਕਰੂੰ, ਤੂੰ 51 ਕਰੀ, ਤੂੰ ਮੇਰੇ ਕੱਪੜੇ ਲੀੜੇ ਧੋ ਦਿਆ ਕਰੀ, ਪ੍ਰਸ਼ਾਦਾ ਛਕਾਇਆ ਕਰੀ। ਮੈਂ ਫਿਰ ਉਹ, ਮੈਂ ਕਿਹਾ ਹੁਣ ਤਾਂ ਤੁਸੀਂ ਇਹ ਮੇਰਾ ਫੁਰਨਾ ਕਦ ਪੂਰਾ ਹੋ। ਕਹਿੰਦੇ ਕੋਈ ਨਹੀਂ, ਜਿਹੜੀ ਕਥਾ ਦੀ ਡਿਊਟੀ ਤੈਨੂੰ ਮਿਲਣੀ ਆ ਨਾ, ਕਥਾ ਦੀ ਸੇਵਾ ਮਿਲਣੀ ਆ। ਕਹਿੰਦੇ ਬਸ ਇਹ ਸਮਝ, ਨਾਮਦਾਨ ਹੀ ਹੈ, ਕਥਾ ਦੀ ਸੇਵਾ ਤੈਨੂੰ ਮਿਲਣੀ ਆ, ਇਹ ਨਾਮਦਾਨ ਹੀ ਆ ਇੰਨਾ। ਕਹਿੰਦੇ ਬਾਕੀ ਤੂੰ ਮਹਾਰਾਜ ਦੀ ਕਿਰਪਾ ਰਹੂ, ਜਦ ਤੂੰ ਕਥਾ ਦੀ ਸੇਵਾ ਮੁਕਾ ਲਏਗਾ ਨਾ, ਫਿਰ ਮੈਨੂੰ ਕਹਿੰਦੇ ਚੱਲ ਤੇਰੀ ਹਰਿਮੰਦਰ ਸਾਹਿਬ ਅਰਦਾਸ ਕਰ ਦਿੰਦਾ ਮੈਂ। ਪਹਿਲਾਂ ਦੀ ਗੱਲ ਹੈ, ਹਰਿਮੰਦਰ ਸਾਹਿਬ ਅਰਦਾਸ ਕਰਕੇ ਜਦੋਂ ਉੱਠ ਕੇ ਖੜ੍ਹੇ ਹੋਏ, ਰਾਗੀ ਸਿੰਘਾਂ ਨੇ ਪੜ੍ਹਿਆ, ਪਹਿਲੋਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਤਾਂ ਘਾਲ ਕਮਾਈ। ਕਹਿੰਦੇ ਸੁਣ ਲੈ, ਤੇਰੇ ਨਾਲ ਵੀ ਐਂ ਹੋਣੀ ਆ, ਜਿਹੜੀ ਤੂੰ ਘਾਲ ਕਮਾਈ ਕਰਨੀ ਆ, ਨਾਮ ਦੀ ਜ਼ਿੰਦਗੀ ਦੇ ਅਖੀਰ 'ਤੇ ਕਰੇਗਾ, ਪਹਿਲਾਂ ਤੂੰ ਸੇਵਾ ਹੀ ਕਰੇਗਾ। ਉਹ ਮੇਰਾ ਸੰਕਲਪ 125,000 ਜਪਜੀ ਸਾਹਿਬ ਕਰਨ ਦਾ, ਜਾਂ 3600,000 ਮੂਲ ਮੰਤਰ ਕਰਨ ਦਾ, ਜਾਂ 101 ਸਹਿਜ ਪਾਠ ਕਰਨ ਦਾ, ਵਾਹਿਗੁਰੂ ਕਿਰਪਾ ਕਰੇ ਮੇਰੇ ਤਿੰਨੇ ਸੰਕਲਪ ਪੂਰੇ ਹੋ ਜਾਣ, ਨਹੀਂ ਤਾਂ ਇੱਕ ਤਾਂ ਜ਼ਰੂਰ ਮਹਾਰਾਜ ਕਿਰਪਾ ਕਰੇ
ਬਾਕੀ ਇਹੀ ਮੇਰੀ ਬੇਨਤੀ ਆ ਸਾਰੇ ਸਿੰਘਾਂ ਨੂੰ ਕਿ ਜਿਹੜੀ ਵੱਡੀ ਚੀਜ਼ ਹੁੰਦੀ ਆ ਉਹ ਹੁੰਦੀ ਆ ਆਪਣਾ ਜੀਵਨ ਰਹਿਤ ਬਹਿਤ, ਮਹਾਂਪੁਰਖਾਂ ਦੇ ਦੱਸੇ ਹੋਏ ਪੂਰਨਿਆਂ 'ਤੇ ਚੱਲ ਕੇ ਆਪਣੇ ਜੀਵਨ ਨੂੰ ਉੱਚਾ ਅਤੇ ਸੁੱਚਾ ਬਣਾਉਣਾ, ਇਹੀ ਵੱਡੀ ਚੀਜ਼ ਹੁੰਦੀ ਆ। ਮੈਂ ਸਾਰੇ ਸਿੰਘਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਮਹਾਂਪੁਰਸ਼ ਹੁਣ ਵੀ ਜੇ ਕਦੇ ਸੁਪਨੇ 'ਚ ਵੀ ਮਿਲ ਪੈਣਗੇ ਅਤੇ ਕਹਿਣਗੇ ਉਹ ਤੂੰ ਜਪਜੀ ਸਾਹਿਬ ਦੇ ਪਾਠ ਛੱਡ ਤੇ ਹੁਣ 25 ਤਾਂ ਕਰ ਲਿਆ ਕਰ, ਮੈਂ ਜੀ ਹੁਣ ਜਦੋਂ 4-5 ਕਥਾ ਕਰਨੀਆਂ ਪੈਣੀ ਸਿਰ ਥੱਕ ਜਾਂਦਾ ਮੇਰਾ ਤਾਂ। ਸੰਤ ਕਰਤਾਰ ਸੋਹਣੀ ਕਹਿੰਦੇ ਇੱਕ ਦਿਨ, ਕਹਿੰਦੇ ਚੱਲ ਠਾਕਰ ਸਿੰਘ 5 ਪਾਠ ਜਪਜੀ ਸਾਹਿਬ ਦੇ ਰੋਜ਼ ਕਰ ਲਿਆ ਕਰ, ਇੰਨੇ ਬੜਿਆ ਨਾਲ 4-5 ਕਥਾ ਕਰ ਦਿਆ ਕਰ। ਇਹ ਜ਼ਰੂਰ ਆ ਬਈ ਸੁਪਨੇ 'ਚ ਆ ਕੇ ਹੌਂਸਲਾ ਵਧਾ ਜਾਂਦੇ ਇੱਕ ਵਾਰੀ। ਕਹਿੰਦੇ ਮੈਂ ਕਿਹਾ ਜੀ ਮੈਂ ਤਾਂ ਹੁਣ ਕੋਈ ਭਜਨ ਨਹੀਂ ਸਿਮਰਨ ਨਹੀਂ, ਅਸੀਂ ਤਾਂ ਕਥਾ ਹੀ ਕਰੀ ਜਾਂਦੇ ਹਾਂ। ਅਤੇ ਮੈਨੂੰ ਬਾਬਾ ਕਰਤਾਰ ਸਿੰਘ ਜੀ ਖਾਲਸਾ ਛਾਤੀ 'ਤੇ ਹੱਥ ਮਾਰ ਕੇ ਕਹਿੰਦੇ ਅੱਗੇ ਮੈਂ ਜ਼ਿੰਮੇਵਾਰ ਹਾਂ, ਅੱਗੇ ਦੀ ਚਿੰਤਾ ਨਾ ਕਰੀ ਤੂੰ। ਇਸ ਕਰਕੇ ਅਸੀਂ ਨਹੀਂ ਸਮਝਦੇ, ਮੇਰੇ ਤੋਂ ਦੂਰ ਨੇ, ਜਦ ਮੈਂ ਕਥਾ ਕਰਦਾ ਮੇਰੇ ਸਿਰ 'ਤੇ ਹੀ ਖੜ ਜਾਂਦੇ ਆ ਕੇ। ਉਹ ਕਹਿੰਦੇ ਕੋਈ ਡੋਲ ਨਾ ਜਾਈ, ਕਥਾ ਕਰ ਤੈਨੂੰ ਮਹਾਰਾਜ ਆਪੇ ਬਖਸ਼ਿਸ਼ ਕਰਨਗੇ। ਇਸ ਕਰਕੇ ਮੈਂ ਤਾਂ ਜੋ ਮੈਨੂੰ ਆਉਂਦਾ ਮੈਂ ਦੱਸਦਾ, ਸਿੱਧਾ ਸਾਦਾ ਹਿਸਾਬ ਮੇਰਾ, ਨਾ ਤਾਂ ਮੈਨੂੰ ਕੁਛ ਆਉਂਦਾ ਹੀ ਛੱਜੂ ਝੋਰੂੰਗੂ, ਅਤੇ ਬਸ ਮੈਂ ਇੱਕੋ ਹੀ ਸਮਝਦਾ ਜਿਹੜਾ ਮੈਨੂੰ ਪ੍ਰਸ਼ਾਦਾ ਛਕਾਇਆ ਸੀ ਨਾ, ਉਹਦੇ 'ਚ ਹੀ ਸਾਰਾ ਕੁਝ ਦੇ ਗਏ ਮੈਨੂੰ ਮਹਾਂਪੁਰਖਾਂ ਨੇ। ਕਿਰਪਾ ਕੀਤੀ ਆ, 5ਵੇਂ ਪਾਤਸ਼ਾਹ ਨੂੰ ਯਾਦ ਕੀਤਾ, ਮਹਾਂਪੁਰਖਾਂ ਨੂੰ ਯਾਦ ਕੀਤਾ, ਔਰ ਬਾਬਾ ਠਾਕੁਰ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਸ਼। ਸੋ ਅਵਸਥਾ ਅਵਸਥਾ ਦੀ ਗੱਲ ਹੁੰਦੀ ਆ, ਦੁਨੀਆ ਨਹੀਂ ਸਮਝ ਸਕਦੀ। ਲੋਕ ਕੇ ਜਾਣੈ ਬੱਪੜਾ ਜੇ ਮਨ ਨਾਹੀਂ ਗਿਆਨ। ਮੇਰੀ ਨਜ਼ਰ ਵਿੱਚ ਇਹ ਠੀਕ ਹੈ ਕਿ ਟਕਸਾਲ ਦੇ ਸਾਰੇ ਮਹਾਂਪੁਰਖ ਕੋਹੇ ਨੂਰ ਹੀਰੇ ਵਾਂਗੂ ਚਮਕਦੇ ਨੇ, ਬਹੁਤ ਉੱਚੀ ਅਵਸਥਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੀ, ਪਰ ਜਿਹੜੀ ਅਵਸਥਾ ਬਾਬਾ ਠਾਕੁਰ ਸਿੰਘ ਦੀ ਸੀ ਉਹ ਮੈਨੂੰ ਪੁੱਛੋ। ਮੈਂ ਜਦ ਉਹਨਾਂ ਦਾ ਧਿਆਨ ਕਰਦਾ ਮੈਂ ਕਹਿੰਦਾ ਮੈਨੂੰ ਕੋਈ ਫਰਕ ਹੀ ਨਹੀਂ ਆਉਂਦਾ ਪਰਮਾਤਮਾ ਦੇ ਉਹਨਾਂ 'ਚ, ਐਡੀ ਉੱਚੀ ਅਵਸਥਾ ਉਹਨਾਂ ਦੀ। ਇੱਕ ਕਮੀ ਰਹਿ ਗਈ ਵੀ ਆਪਾਂ ਉਹਨਾਂ ਨੂੰ ਸਮਝ ਹੀ ਨਹੀਂ ਸਕੇ। ਬਸ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਟਕਸਾਲ ਦੇ ਸਿੰਘ ਨਹੀਂ ਹਾਲੇ ਤੱਕ ਸਮਝ ਸਕੇ, ਕਿਉਂਕਿ ਉਹਨਾਂ ਨੇ ਆਪਦੀ ਅਵਸਥਾ ਹੀ ਨਹੀਂ ਕਿਸੇ ਨੂੰ ਦੱਸੀ। ਬਾਬਾ ਠਾਕੁਰ ਸਿੰਘ ਦੀ ਅਵਸਥਾ ਨਹੀਂ ਕਿਸੇ ਨੂੰ ਪਤਾ, ਸੰਤ ਕਰਤਾਰ ਸਿੰਘ ਜੀ ਖਾਲਸਾ ਦੀ ਅਵਸਥਾ ਨਹੀਂ ਪਤਾ, ਕਿਉਂਕਿ ਹੋਣ ਨਜ਼ਦੀਕ ਖੁਦਾਏ ਦਾ ਭੇਦ ਨਾ ਕਿਸੇ ਦੇਣ। ਅਵਸਥਾ ਬਹੁਤ ਵੱਡੀ ਆ। ਬਾਬਾ ਠਾਕੁਰ ਸਿੰਘ ਜੀ ਨੇ ਭੰਡਾਰਾ ਖੋਲਿਆ ਅਖੀਰਲੇ 3 ਸਾਲਾਂ 'ਚ, ਜਿਹਨੂੰ ਕਿਹਨੂੰ ਬਖਸ਼ਿਸ਼ਾਂ ਹੀ ਕੀਤੀਆਂ, ਚੱਲ ਇਹਦੀ ਅਰਦਾਸ ਕਰ ਦਿਉ, ਚੱਲ ਇਹਨੂੰ ਆਹ ਦੇ ਦਿਉ, ਚੱਲ ਇਹਨੂੰ ਆਹ ਦੇ ਦਿਉ। ਪਹਿਲਾਂ ਜ਼ਿੰਦਗੀ 'ਚ ਉਹਨਾਂ ਨੇ ਕਦੇ ਨਹੀਂ ਉਹ ਕੀਤਾ ਜਿਵੇਂ ਅਖੀਰਲਿਆਂ ਸਾਲਾਂ 'ਚ ਆ ਕੇ ਕੀਤਾ ਸੀ, ਔਰ ਹਰੇਕ 'ਤੇ ਹੀ ਕਿਰਪਾ ਕਰਕੇ, ਇੱਥੇ ਤੁਹਾਡੇ 'ਤੇ ਇੰਨੀ ਕਿਰਪਾ ਕਰਕੇ ਗਏ ਆ, ਆਹ ਤੁਹਾਡੇ 'ਚ ਉਹਨਾਂ ਦੀ ਕਿਰਪਾ ਸਾਰੀ। ਇਸ ਕਰਕੇ ਜੇ ਤੁਸੀਂ ਪਿਆਰ ਨਾਲ ਯਾਦ ਵੀ ਕਰੋਗੇ ਨਾ ਬਾਬਾ ਜੀ ਨੂੰ, ਬਾਬਾ ਜੀ ਤੁਹਾਡੇ ਸਾਹਮਣੇ ਵੀ ਖੜ੍ਹ ਜਾਣਗੇ ਆ ਕੇ। ਸਾਰੇ ਮਹਾਂਪੁਰਸ਼ ਕਿਤੇ ਨਹੀਂ ਜਾਂਦੇ ਹੁੰਦੇ, ਸਾਰੇ ਹੀ ਖੜ੍ਹ ਜਾਂਦੇ। ਸੰਤ ਕਰਤਾਰ ਸਿੰਘ ਜੀ ਖਾਲਸਾ ਹੁਣ ਤੱਕ ਮਹਿਤੇ ਆ ਜਾਂਦੇ ਕਈ ਵਾਰੀ। ਉੱਥੇ ਸਾਡੇ ਲਾਂਗਰੀ ਭੋਲਾ ਸਿੰਘ ਹੁੰਦਾ, ਉਹ ਕਹਿੰਦਾ ਸਿੱਧਾ ਜਿਹਾ ਸੀ, ਕਹਿੰਦਾ ਉਹ ਰਾਤ ਆਏ ਸੀ। ਮੈਂ ਕੌਣ? ਕਹਿੰਦਾ ਸੰਤ ਕਰਤਾਰ ਸੁਣੀ। ਮੈਂ ਕੀ ਕਹਿੰਦੇ? ਕਹਿੰਦੇ ਉਹ ਪਰਲੇ ਪਾਸੇ ਟੈਂਕੀ ਪਾਣੀ ਵਾਲੀ ਬਣਾ ਦਿਉ। ਅਖੇ ਸੰਤ ਜਰਨੈਲ ਸਿੰਘ ਨੂੰ ਕਹੀ ਉਹ ਪਰਲੇ ਪਾਸੇ ਜਿੱਧਰ ਹੁਣ ਬਾਥਰੂਮ ਬਣੇ ਹੋਏ ਨੇ, ਕਹਿੰਦੇ ਬਾਹਰ ਸਿੰਘਾਂ ਨੂੰ ਜ਼ਿਮੀਂਦਾਰ ਤੰਗ ਕਰਦੇ ਆ। ਇਸ ਤਰ੍ਹਾਂ ਮਹਾਂਪੁਰਸ਼ ਕਿਤੇ ਵੀ ਨਹੀਂ ਗਏ, ਸਿਰਫ ਇੱਕ ਯਾਦ ਰੱਖੋ। ਸੋ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ। ਸੋ ਸੰਤ ਮਹਾਂਪੁਰਸ਼ ਹਮੇਸ਼ਾ ਸਾਡੇ ਨਾਲ ਨੇ। ਇਹ ਬੜੀਆਂ ਵੱਡੀਆਂ ਅਵਸਥਾਵਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਉਹੀ ਜੋਤ ਹੈ ਜੋ 10ਵੇਂ ਪਾਤਸ਼ਾਹ ਸੀ, ਜੋ ਪਹਿਲੇ ਪਾਤਸ਼ਾਹ। ਔਰ ਜਦੋਂ ਕਦੇ ਮਹਾਂਪੁਰਸ਼ ਦਰਸ਼ਨ ਵੀ ਦਿੰਦੇ ਆ ਨਾ, ਜਿੰਨੇ ਮਹਾਂਪੁਰਸ਼ ਅੱਜ ਤੱਕ ਹੋਏ ਵੱਡੇ ਵੱਡੇ, ਇਹ ਕਈ ਵਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਚੋਂ ਹੀ ਪ੍ਰਗਟ ਹੋ ਜਾਂਦੇ ਅਤੇ ਸਰੂਪ 'ਚ ਹੀ ਅਲੋਪ ਹੋ ਜਾਂਦੇ ਆ। ਇਹ ਕਈ ਸਿੰਘ ਬੜੇ ਉੱਚੀ ਅਵਸਥਾ ਦੇ ਉਹ ਦੱਸ ਦਿੰਦੇ ਮੈਨੂੰ। ਇਸ ਕਰਕੇ ਆਪ ਵੀ ਸੱਚੇ ਪਾਤਸ਼ਾਹ ਕਈ ਵਾਰ ਗੁਰੂ ਗ੍ਰੰਥ ਸਾਹਿਬ 'ਚੋਂ ਹੀ ਪ੍ਰਕਾਸ਼ਮਾਨ ਹੋ ਜਾਂਦੇ ਨੇ ਅਤੇ ਆਪ ਹੀ ਅਲੋਪ ਹੋ ਜਾਂਦੇ ਨੇ। ਬਸ ਵੱਡੀ ਸ਼ਰਧਾ ਗੁਰੂ ਗ੍ਰੰਥ ਸਾਹਿਬ 'ਤੇ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਵਾਹਿਗੁਰੂ ਆਪ ਅਕਾਲ ਪੁਰਖ ਹੈ। ਗੁਰੂ ਗ੍ਰੰਥ ਸਾਹਿਬ ਚਾਹੁਣ ਤਾਂ ਆਪਣੇ ਸਾਰਿਆਂ ਨੂੰ ਬ੍ਰਹਮ ਗਿਆਨ ਦੇ ਸਕਦੇ ਆ। ਬਸ ਇਹੀ ਬੇਨਤੀ ਆ ਕਿ ਵੱਧ ਤੋਂ ਵੱਧ ਜਿਹੜੇ ਜਪਜੀ ਸਾਹਿਬ ਦੇ ਪਾਠ ਕਰੋ, ਵੱਧ ਤੋਂ ਵੱਧ ਜੇ ਸੁਖਮਨੀ ਸਾਹਿਬ ਕਰ ਸਕਦੇ ਹੋ ਸੁਖਮਨੀ ਸਾਹਿਬ ਕਰੋ,